ਤੁਹਾਨੂੰ ਲੱਗਦਾ ਹੈ ਕਿ ਨਵਜੋਤ ਕੌਰ ਸਿੱਧੂ ਨੇ ਵੀ ਇੱਥੋਂ ਦੀ ਦਾਅਵੇਦਾਰੀ ਪੇਸ਼ ਕੀਤੀ ਸੀ, ਤੁਹਾਨੂੰ ਲੱਗਦਾ ਕਿ ਹੁਣ ਤੁਹਾਨੂੰ ਟਿਕਟ ਦਿੱਤੀ ਗਈ ਹੈ ਅਤੇ ਉਹ ਤੁਹਾਡੇ ਨਾਲ ਮਿਲ ਕੇ ਕੈਂਪੇਨਿੰਗ ਕਰਨਗੇ? ਮੈਂ ਸਪੋਰਟ ਉਹਨਾਂ ਤੋਂ ਚਾਹਾਂਗਾ ਅਤੇ ਮੇਰਾ ਖਿਆਲ ਹੈ ਕਰਨਗੇ। ਅੱਜ ਤਾਂ ਉਹਨਾਂ ਨੇ ਇਹ ਵੀ ਕਹਿ ਦਿੱਤਾ ਆਪਣੇ ਪੇਪਰ ਸਟੇਟਮੈਂਟ ਦੇ ਵਿੱਚ ਕਿ ਮੇਰਾ ਇੱਥੇ ਬਾਲੀ ਵਾਰਸ ਨਹੀਂ ਸੀ ਕੋਈ, ਮੈਨੂੰ ਇੱਥੇ ਕੋਈ ਸਪੋਰਟ ਕਰਨ ਵਾਲਾ ਨਹੀਂ ਸੀ, ਮੈਂ ਇਕੱਲੀ ਸੀ ਜਿਹੜੀ ਜਾ ਕੇ ਉੱਥੇ ਟਿਕਟ ਮੰਗੀ। ਅਤੇ ਤੁਸੀਂ ਦਾਅਵੇ ਆਪਣੇ ਆਪ ਨੂੰ ਜ਼ਿਆਦਾ ਸਟਰੋਂਗ ਮੰਨਦੇ ਹੋ ਕਿ ਤਿੰਨ ਜਿਹੜੇ ਟਿਕਟ ਚਾਹੁੰਦੇ ਸਨ ਉਹਨਾਂ ਦੇ ਵਿੱਚੋਂ ਅਸਲੀ ਢੰਗ ਦੇ ਨਾਲ ਮੈਂ ਹੀ ਇੱਕ ਲੋਕਲ ਕੈਂਡੀਡੇਟ ਸਾਂ। ਤੁਸੀਂ ਸਿੱਧਾ ਸਿੱਧਾ ਕਹਿ ਰਹੇ ਹੋ ਕਿ ਕਿਰਨ ਖੇਰ ਜੀ ਨੇ ਚੰਡੀਗੜ੍ਹ ਦੀ ਜਦ ਤੋਂ ਕਮਾਨ ਸੰਭਾਲੀ ਹੈ ਉਹ ਆਪਣੇ ਜਿਸ ਹਿਸਾਬ ਨਾਲ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਨਹੀਂ ਕਰ ਪਾਏ ਨੇ। ਉਹ ਇੱਕ ਨੰਬਰ ਜਿਹੜਾ ਕਾਂਗਰਸ ਵੇਲੇ ਸੀ ਇਹ ਸਫਾਈ ਦੇ ਵਿੱਚ, ਅੱਜ 20ਵੇਂ ਨੰਬਰ 'ਤੇ ਗਿਰ ਗਿਆ ਚੰਡੀਗੜ੍ਹ। ਕੀ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਤੁਹਾਡੇ 'ਤੇ ਵੀ ਐਲੀਗੇਸ਼ਨ ਲਗਾਏ ਗਏ, ਹਾਲਾਂਕਿ ਤੁਹਾਨੂੰ ਕਲੀਨ ਚਿੱਟ ਵੀ ਮਿਲੀ ਉਸ ਵਿੱਚ, ਤੁਹਾਨੂੰ ਲੱਗਦਾ ਕਿ ਵਿਰੋਧੀ ਇੱਕ ਵਾਰ ਫਿਰ ਉਹ ਮੁੱਦਾ ਜਿਹੜਾ ਚੱਕ ਸਕਦੇ ਨੇ? ਮੈਂ ਸਮਝਦਾ ਹਾਂ ਚੱਕਣ ਮੇਰੇ ਸਾਹਮਣੇ, ਸਤਪਾਲ ਜੈਨ ਜੀ ਨੂੰ ਆਦਤ ਹੈ ਪਿੱਛੋਂ ਚੱਕ ਕੇ ਰੌਲਾ ਪਾ ਦਿੰਦੇ ਨੇ। ਆਪਦੇ ਕੈਂਡੀਡੇਟ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਸੇ ਗਿਣਤੀ 'ਚ ਨਹੀਂ ਮੈਂ ਗਿਣ ਰਿਹਾ। ਵਿਜ਼ਨ ਪੰਜਾਬ ਟੀਵੀ ਦੇ ਖਾਸ ਪ੍ਰੋਗਰਾਮ ਚੋਣਾਂ ਦੇ ਦੰਗਲ ਵਿੱਚ ਦੇਖੋ ਚੰਡੀਗੜ੍ਹ ਤੋਂ ਕਾਂਗਰਸ ਉਮੀਦਵਾਰ ਪਵਨ ਬਾਂਸਲ ਨਾਲ ਖਾਸ ਗੱਲਬਾਤ।